आकाशवाणी जम्मू है बड़ला खबरोंंच पंदा स्वागत है पहले खास खास खबरोंकने मैं विजय बजाज लेफ्टिनेंट गवर्नर मनोज सिन्हा रे आर्थिक पैकेज दे तहत दुई किश्त दे तौर ऊपर जम्मू कश्मीर बैंक की 250 करोड़ रुपए दा चेक सौंपया है प्रधानमंत्री नरेंद्र मोदी ओर एक तगड़े राइबाई सेक्टर ले राज पूंजी ते नवियां तकनीकान आनने दा आह्वान कीता है ਲੈਫਟੀਨੈਂਟ ਗਵਰਨਰ ਹੁੰਦੇ ਪ੍ਰਧਾਨ ਸਚਿਵ ਨਿਤੀਸ਼ਵਰ ਕੁਮਾਰ ਹੋਰੇ ਜੰਗਲਾਤ ਮਹਿਕਮੇ ਦੇ ਕੰਮਕਾਜ ਦਾ ਜਾਇਜ਼ਾ ਲੈਤਾ ਉਹਨੇ ਮਹਿਕਮੇ ਪਾਸਿਆ ਸੈਲਾਨੀਆਂ ਲਈ ਬਕ ਬਕ ਸੇਵਾਵਾਂ ਤੇ ਪ੍ਰਦੇਸ਼ ਦੇ ਖੂਬਸੂਰਤ ਜੰਗਲਾਂ ਦੀ ਬੜਾਵਾ ਦੇਣੇ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ ਤੇ ਕਮਿਸ਼ਨਰ ਸੈਕਟਰੀ ਸੌਰਭ ਭਗਤ ਹੋਰੇ ਆਖਿਆ ਕਿ ਜੰਮੂ ਕਸ਼ਮੀਰ ਚ ਤਾਵਲਿੰਗ ਹੈ ਨਵੇਂ ਸ਼੍ਰਮ ਕਾਨੂੰਨ ਲਾਗੂ ਕਰ ਦਿੱਤੇ ਜਾਣਗੇ ਨਵੇਂ ਕਾਨੂੰਨ ਨੇ ਕਰਨੇ ਔਪਚਾਰਿਕ ਤੇ ਗੈਰ ਔਪਚਾਰਿਕ ਵਰਕਰ ਬਾਖਤਿਆਰ ਬਣਨ ਤੇ ਵਪਾਰ ਕਾਰੋਬਾਰ ਦੇ ਤੌਰ ਤਰੀਕਿਆਂ ਦੀ ਸਖਾਲਾ ਵੀ ਬਣਾਇਆ ਜਾ ਸਕੋਗਾ ਖਬਰਾਂ ਦੀ ਤਫਸੀਲ ਕਰਨੇ ਸ਼ਿਵੀ ਰੈਨਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚੂਪ ਰਾਜਪਾਲ ਮਨੋसेना ਹੋਰੇ ਆਰਥਿਕ ਪੈਕੇਜ ਜਿਸ ਤਾਈਂ ਜੰਮੂ ਕਸ਼ਮੀਰ ਦੇ ਬਪਾਸ਼ੇ ਤਰਗੀ ਰਾਤ ਤਹਿਤ ਜੰਮੂ ਕਸ਼ਮੀਰ ਬੈਂਕ ਅਗੀ ਹੱਲੇ 250 ਕਰੋੜ ਰੁਪਏ ਦਾ ਚੈੱਕ ਜਿਹੜਾ ਜੇ 5 ਫੀਸਦੀ ਆਰਥਿਕ ਮਦਦ ਸਰਬੰਦੀ ਵਿਆਜ ਦੀ ਦੂਈ ਕਿਸ਼ਤ ਦੇ ਤੌਰ 'ਤੇ ਸੌਂਪੀ ਦਿੱਤੀ ਆਕਾਸ਼ਵਾਨੀ ਜੰਮੂ ਸੰਵਾਦਾਤਾ ਦੀ ਰਿਪੋਰਟ ਮੁਜਬ ਮੀਡੀਆ ਕਨੇਕਲ ਕਰਦੇ ਹੋਏ ਉਪ ਰਾਜਪਾਲ ਹੋਰੇ ਆਖਿਆ ਜੇ ਕੋਈ 3 ਲੱਖ 41 ਹਜ਼ਾਰ ਲੋਕ ਕੇ ਤੇ ਵੱਡੇ ਵਪਾਰੀ ਤੇ ਵਪਾਰ ادارے ਗੀ مالی ਸਹਾਇਤਾ ਦਾ ਲਾਥ ਹੋਆ ਹੈ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਈਏ ਨੇ ਮਦਦ ਸਰਬੰਦੀ ਅਨੁਰੋਧ ਤੋਂ ਨਮਗਰਾ ਜਾਰੀ ਕਰੋ ਸਰਕਾਰ ਆਸਿਆਂ ਜਦੋਂ ਕਸ਼ਮੀਰ ਦੇ ਆਰਥਿਕ ਖੇਤਰ ਚ ਬਿਹਤਰੀਆਂ ਲਨੇ ਤਾਂ ਉਪ ਰਾਜਪਾਲੋ ਰਿਆਂ ਆਖਿਆ ਜ ਬੈਕ ਟੂ ਵਿਲੇਜ ਤੇ ਮਾਈ ਟਾਊਨ ਮਾਈ ਪ੍ਰਾਈਡ ਕਾਰਸ਼ਮ ਤਦ ਕੋਈ 16800 ਨੌਜਵਾਨੇ ਕੀ ਉਦਮੀ ਬਨਣ ਬਨਨੇ ਤਾਂ ਕੋਈ 264 ਕਰੋੜ ਰੁਪਏ ਦੀ مالی ਸਹਾਇਤਾ ਦਿੱਤੀ ਗਈ ਤੇ ਇਸੀ ਉੱਬਰ ਦੇ ਉਦਮੀਆਂ ਕੀਤੇ ਬੈਂਕ ਆਸਿਆਂ ਦਿੱਤੀ ਜਾਦੀ ਸੌਲਤਾ ਤਾਂ ਇੱਕ ਗੈਂ ਦਸਿਆ ਉਨੇ ਆਖਿਆ ਜੇ ਆਲਮੀ ਸਟਾ ਦੇ ਨਿਵੇਸ਼ਕ ਜੰਮੂ ਕਸ਼ਮੀਰ ਚ ਪਹਿਹਾ ਨਿਵੇਸ਼ ਕਰਨ ਦੇ ਨਜ਼ਰੀਏ ਕਰਨੇ ਇਤ ਬੱਕੀ ਦਿਖਾ ਦੇ ਨਾ ਉਨੇ ਆਖਿਆ ਜੇ 28400 ਕਰੋੜ ਰੁਪਏ ਦੀ ਨਵੀਂ ਵਪਾਰਿਕ ਵਿਕਾਸ ਸਕੀਮ ਉਦਮੀਆਂ ਤੇ ਨਿਵੇਸ਼ਕਾਂ ਦੇ ਵਿਸ਼ਵਾਸ ਕੀ ਵਿਧਾਗ ਤੇ ਹੈਲਥ ਕੇਅਰ ਖੇਤਰ ਚ ਵੱਡੇ ਨਿਵੇਸ਼ਕਾਂ ਕੀ ਕੇਂਦਰ ਸ਼ਾਸਿਤ ਪ੍ਰਦੇਸ਼ ਨਿਵੇਸ਼ ਗੀਤੇ ਇਤ ਬੱਕੀ ਆਨੇ ਤਾਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਨਾ ਲੋਕ ਸਭਾ ਨੇ ਰਾਸ਼ਟਰਪਤੀ ਹੁੰਦੇ ਦੋਨੇ ਸਦਨੇ ਦੇ ਸਾਂਝੇ اجلاس ਕੀ ਸੰਬੋਧਨ ਬਾਰੇ ਧੰਨਵਾਦ ਪ੍ਰਸਤਾਵ ਕੀ ਪਾਰਿਤ ਕਰੀ ਦਿੱਤਾ ਹੈ ਇਹਦੇ ਛਾ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਧੰਨਵਾਦ ਪ੍ਰਸਤਾਵ ਬਾਰੇ ਸਦਨ ਚ ਬੈਸੂ ਦਫਰਤਾ ਦਿੱਤਾ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਸਾਰਵਜਨਿਕ ਖੇਤਰ ਜ਼ਰੂਰੀ ਹੈ ਪਰ ਨਿੱਜੀ ਖੇਤਰ ਦੀ ਭੂਮਿਕਾ ਵੀ ਮਤਵਯਾਲੀ ਹੈ ਉਹਨੇ ਆਖਿਆ ਜੇ ਦੂਰ ਸੰਚਾਰ ਤੇ ਫਾਰਮਾ ਸਮੇਤ ਹਰ ਜਗ੍ਹਾ ਨਿੱਜੀ ਖੇਤਰ ਦੀ ਭੂਮਿਕਾ ਉਨ ਦਿਖੀ ਜਾ ਸਕਦੀ ਹੈ ਰਾਸ਼ਟਰਪਤੀ ਹੁੰਦੇ ਅਭਿਵਾਦਨ ਪਰ ਲੋਕ ਸਭਾ ਚ ਧੰਨਵਾਦ ਪ੍ਰਸਤਾਵ ਉਪਰ ਪ੍ਰਧਾਨ ਮੰਤਰੀ ਮੋਦੀਓ ਨੇ ਇਸ ਗੱਲ 'ਤੇ ਜ਼ੋਰ ਪਰਿਆ ਜੇ ਖੇਤੀ ਖੇਤਰ ਚ ਨਮੀਏ ਤਕਨੀਕੇ ਦੇ ਕੰਨੂ ਕੰਨੇ ਇੱਥੇ ਉਰਮਤੀ ਰਾਸ ਪੂੰਜੀ ਵੀ ਆਂਦੀ ਜਾਇ ਸਕੇ ਉਹਨੇ ਆਖਿਆ ਨਿੱਜੀ ਖੇਤਰ ਦੀ ਭੂਮਿਕਾ ਕਾਰਨ ਭਾਰਤ ਮਨੁੱਖਤਾ ਦੀ ਸੇਵਾ ਕਰਨੇ ਦੀ ਸਮਰਥ ਰੱਖਦਾ ਹੈ ਉਹਨੇ ਆਖਿਆ ਜੇਕਰ ਨਿਵੇਸ਼ ਤੇ ਨਮੀ ਤਕਨੀਕੇ ਗੇ ਨਹੀਂ ਅਪਣਾਇਆ ਗਿਆ ਤਾਂ ਖੇਤੀ ਖੇਤਰ मजबूत ਨਹੀਂ ਹੋ ਉਹਨੇ ਜ਼ੋਰ ਦੇ ਕੇ ਆਖਿਆ ਜੇ ਛੜੀ ਕਨਕ ਤੇ मुंजिरा ਨਸ਼ਾ ਉਹਨ ਅੱਗੇ ਬਦਨੇ ਦੀ ਮਤੀ ਲੋੜ ਹੈ ਪ੍ਰਧਾਨ ਮੰਤਰੀ ਉਹਨੇ ਆਖਿਆ ਜੇ ਇਸ ਗੱਲੇ ਕੀ ਲਈਏ ਰਾਜ ਨਜੇ ਲੋਕ ਇਹ ਪੁੱਛਾਰ ਦੇਣ ਜੇ ਨਵੇਂ ਖੇਤੀ ਕਾਨੂੰਨ ਦੀ ਕੇ ਲੋੜ ਹੀ ਜਿਤ ਕੇ ਕਿਸਾਨਾਂ ਉੰਦੇ ਲਈ ਕਦੇ ਆਖਿਆਗੇ ਨਹੀਂ ਉਹਨੇ ਆਖਿਆ ਜੇ ਕੁਸੇ ਦੇ ਦਾਜ ਤੇ ਟ੍ਰਿਪਲ ਤਿਲਾਕ ਪਰ ਕਾਨੂੰਨ ਦੀ ਮੰਗ ਨਹੀਂ ਕੀਤੀ ਪਰ ਕਾਨੂੰਨ ਬਣਾਏਗੇ ਕਿ ਜੇ ਪ੍ਰਗਤੀਸ਼ੀਲ ਸਮਾਜ ਲਈ ਇਹ ਜ਼ਰੂਰੀ ਹੈ ਉਹਨੇ ਆਖਿਆ ਜੇ ਲੋਕ ਸਭਾ ਦੇ ਕੰਨੇ ਕੇਂਦਰ ਸਰਕਾਰ ਕਿਸਾਨਾਂ ਦੇ ਦਾਅਵੇ ਪੂਰਾ ਮਾਨ ਕਰਦੀ ਹੈ ਤੇ ਇਹ وجہ ਹੈ ਜੇ ਸਰਕਾਰ ਦੇ ਸੀਨੀਅਰ ਮੰਤਰੀ ਕਿਸਾਨਾਂ ਨੇ ਕੰਨ ਲਗਾਤਾਰ ਗੱਲਬਾਤ ਕਰਾਰ ਦੇਣਾ ਉਹਨੇ ਕਿਹਾ ਜੇ ਸੰਸਦ ਚ ਕ੍ਰਿਸ਼ੀ ਕਾਨੂੰਨ ਪਾਰਿਤ ਕੀਤੇ ਜਾਣ ਦੇ ਬਾਅਦ ਵੀ ਕੋਈ ਵੀ ਮੰਡੀ ਬੰਦ ਨਹੀਂ ਹੋਈ ਹੈ ਤੇ ਕਟੋਕਠ ਸਮਰਥਨ ਦਾਅਵੇ ਕਾਇਮ ਹੈ ਉਹਨੇ ਕਿਸਾਨਾਂ ਦੀ ਗੱਲਬਾਤ ਲਈ ਅਗਿਆਉਨੇ ਦੀ ਅਪੀਲ ਕੀਤੀ ਤਾਂ ਜੋ ਕੋਈ ਹੱਲ ਕੱਢਿਆ ਜਾ ਸਕੇ ਮੁੱਖ ਸਚਿਵ ਬੀਵੀਆਰ ਸੁਬ੍ਰਮਨਿਅਮ ਮੋਰੇ ਕੱਲ ਰਿਆਸਤੀ ਸਤਾ ਦੀ ਸਟੈਂਡਿੰਗ ਕਮੇਟੀ ਦੀ ਇੱਕ ਬੈਠਕਾ ਦੀ ਅਧਿਸ਼ਤਤਾ ਕੀਤੀ ਤੇ ਬੰਨੇ ਦੀ ਸੁਰੱਖਿਆ ਸਥਿਤੀ ਤੇ ਇਸ ਤਾਈਂ ਬਖ ਬਖ ਪਹਿਲੇ ਗਿਤੇ ਜੈਸਾ ਲੇਤਾ ਆਕਾਸ਼ਵਾਨੀ ਜੰਮੂ ਸਮਾਤਤਾ ਦੀ ਰਿਪੋਰਟ ਮੁਜਬ ਗ੍ਰਹਿ ਵਿਭਾਗ ਪ੍ਰਿੰਸੀਪਲ ਸੈਕਟਰੀ ਆਈਜੀਪੀ ਜੰਮੂ ਆਈਜੀਬੀਐਸਐਫ ਤੇ ਹੋਰਨ ਵਿਭਾਗ ਇਸ ਬੈਠਕਾ ਚ ਸ਼ਾਮਲ ਨੇ ਬੈਠਕਾ ਚ ਜਾਣਕਾਰੀ ਦਿੱਤੀ ਗਈ ਜੇ ਪਹਿਲੇ ਵਾਲੇ ਨਿਰਦੇਸ਼ ਮੁਜਬ ਸੰਵੇਦਨਸ਼ੀਲ ਇਲਾਕੇ ਦੇ ਬਖ ਬਖ ਸ਼ਖਸ਼ੂਬੇ ਵਾਲੇ ਪਹਿਲੂਆਂ ਦੀ ਬਿਨਾ ਪਰ ਸੁਰੱਖਿਆ ਸਰबंदी ਅਮਲੇ ਦੀ ਤੈਨਾਤੀ ਉਪਰ ਬੈਠਕਾ ਚ ਜਾਣਕਾਰੀ ਦਿੱਤੀ ਗਈ ਮੁੱਖ ਸਚਿਵ ਔਰੇ ਮੁਤਲਕਾ ਵਿਭਾਗੇ ਕੀ ਬਲੇ ਸਰ ਇਹਨੇ ਪਹਿਲੂਆਂ ਬਾਰੇ ਜਾਇਜ਼ਾ ਲੈਣੇ ਤੇ ਸੁਰੱਖਿਆ ਦੇ ਨਿਕਰ ਇੰਤਜ਼ਾਮ ਕਰਨੇ ਦੇ ਬਾਰੇ ਆਖਿਆ ਉਹਨੇ ਗ੍ਰਹਿ ਵਿਭਾਗ ਕੀ ਬਨਣ ਵਾਲੀ ਸੁਰੱਖਿਆ ਸਰबंदी ਗ੍ਰਿਡ ਲਈ ਐਸਓਪੀ ਕੀ ਮੁੱਖ ਦਾ ਰੂਪ ਦੇਨੇ ਤੇ ਬੀਐਸਐਫ ਪੁਲਿਸ ਦੇ ਆਈਵੇ ਕਰਨੇ ਸੁਰੱਖਿਆ ਦੇ ਮਾਮਲੇ तई गल मगरा सही तरीकेकार अमल आने के निर्देश दिते डीजीपी तहत कमेटी ने अंतरराष्ट्रीय बन्ने बख थारे पर सुरक्षा पहलुएं तरने मुतलका मसले पर जायजा लेता। ਮੁੱਖ ਸੇਕੀ ਬੀਵੀਆਰ ਸੁਬ੍ਰਮਨਿਅਮ ਉਰੇ ਇੱਕ ਉੱਚੀ ਸਥਾਪੀ ਦੀ ਬੈਠਕ ਦੀ ਅਧਿਐਕਸ਼ਤਾ ਕੀਤੀ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚ ਜਲ ਸਰੋਤੇ ਦੀ ਸੁਰੱਖਿਆ ਦੀ ਪਹਿਲ ਬਾਰੇ ਜਾਇਜ਼ਾ ਲੈਂਦਾ ਆਕਾਸ਼ਵਾਨੀ ਜੰਮੂ ਸੰਭਾਤਾਤਾ ਦੀ ਰਿਪੋਰਟ ਮੁજબ ਬੈਠਕਾਂ ਚ ਜਾਣਕਾਰੀ ਦਿੱਤੀ ਗਈ ਜਿਸ ਸਮੂਲ ਚ ਕੇਂਦਰੀ ਸ਼ਾਸਿਤ ਪ੍ਰਦੇਸ਼ ਚ ਕੋਈ 3800 ਜਲ ਸਰੋਤੇ ਜਿਸ ਚ ਨਹਿਰ ਤੇ ਨਦੀਆਂ ਸ਼ਾਮਲ ਨੇ ਕਿ ਸੰਰਖਿਤ ਕਰਨੇ ਤਾਂ ਤਾਲਿਆ ਗਿਆ ਹੈ ਤੇ ਇਹਨੇ ਕੀ ਸੰਰਖਿਤ ਸੁਰੱਖਿਅਤ ਤੇ ਨਵੀਂ ਜਾਣਪੜ ਨੇ ਤਾਂ ਕੰਮ ਕੀਤਾ ਜਾ ਰਦਾ ਹੈ ਮੁਖ ਸਚਿਵ ਫੋਰਨ ਜੰਗਲਾਤ ਵਿਭਾਗ ਕੀ ਜਲ ਸਰੋਤੇ ਦੇ ਜੀਓ ਟੈਗਿੰਗ ਤੇ ਹੋਰਨ ਚੀਜ਼ਾਂ ਬਖੀ ਸੰਰਖਣ ਤੇ ਪ੍ਰਯਾਸਾਂ ਕੀ ਔਰ ਤੇਜ ਕਰਨ ਦੇ ਬਾਰੇ ਆਖਿਆ ਤੇ ਸ਼ਿਕਾਇਤ ਦੇ ਨਵੇੜੇ ਤਾਂ ਜ਼ਿਲ੍ਹਾ ਸਤਾ ਦੀ ਸ਼ਿਕਾਇਤ ਨਿਵਾਰਨ ਤੰਤਰ ਖੜੇ ਰਨੇ ਕੀ ਵੀ ਆਖਿਆ ਮੁੱਖ ਸਚੀਵ ਨੇ ਐਨਜੀਟੀ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਪਰਿਆਵਰਣ ਯੋਜਨਾ ਦੀ ਸਥਿਤੀ ਦਾ ਜਾਇਜ਼ਾ ਲੈਂਦਾ ਉਹਨੇ ਡੀਈਪ ਕਮੇਟੀ ਕੀ ਮੁਤਲਕਾ ਯੋਜਨਾ ਤੇ ਹੋਰਨੀਆਂ ਚੀਜ਼ਾਂ ਦਾ ਜਾਇਜ਼ਾ ਲੈਂਦਾ ਤੇ ਜੇਕਰ ਕੋਈ ਤਬਦੀਲੀਆਂ ਹੋਤੇ ਮਾਰਚ 2021 ਤੋੜੀ ਕਰੀਏ ਕੇਂਦਰ ਪ੍ਰਦੂਸ਼ਣ ਰੋਧਕ ਬੋਰਡ ਕੀ ਸੌਂਪੀ ਦਿੱਤਾ ਜਾ ਜੰਮੂ ਡਿਵੀਜ਼ਨ ਦੇ ਰਿਆਸੀ ਤੇ ਸੰਭਾ ਜ਼ਿਲ੍ਹੇ ਚ ਕੱਲ ਜ਼ਿਲ੍ਹਾ ਵਿਕਾਸ ਕੌਂਸਲ ਦੇ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੇ ਚੁਨਾਵਾ ਕਰਵਾਏ ਗਏ ਆਕਾਸ਼ਵਾਨੀ ਜੰਮੂ ਦੇ ਸੰਵਾਦਾਤਾ ਮੁજબ ਰਿਆਸੀ ਜ਼ਿਲ੍ਹੇ ਚ ਭਾਰਤੀ ਜਨਤਾ ਪਾਰਟੀ ਦੇ ਸਿਰਾਫ ਸਿੰਘ ਨਾਗ ਨੇ ਕੁੱਲ 14 ਚਾ 9 ਵੋਟ ਹਾਸਲ ਕਰੀਏ ਚੇਅਰਪਰਸਨ ਦਾ ਉਹਦਾ ਜਿਸ ਲੈ ਕੇ ਗੁਲਾਬਗੜ ਹਲਕੇ ਥਾ ਮਾ ਆਜ਼ਾਦ ਉਮੀਦਵਾਰ ਸਾਜਰਾ ਕਾਦਰੀ ਨੇ ਵਾਈਸ ਚੇਅਰਪਰਸਨ ਦਾ ਅਹੁਦਾ ਹਾਸਲ ਕੀਤਾ ਹੈ ਇਹਾਂਗੇ ਸਾਂਬਾ ਜ਼ਿਲ੍ਹੇ ਚ ਵੀ ਕਾਲ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਲਈ ਚੋਣ ਕਰਵਾਇਆ ਗਿਆ ਇਸ ਦੌਰਾਨ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਸੱਬੇ 14 ਨਵੇਂ ਚੁਣੇ ਗਏ ਦੇ ਮੈਂਬਰ ਬੀਜੇਪੀ ਦੇ ਕੇਸ਼ਵ ਦੱਤਾ ਹੋ ਰਹੇਗੇ ਚੇਅਰਪਰਸਨ ਤੇ ਬੀਜੇਪੀ ਦੇ ਗਏ ਬਲਵਾਨ ਸਿੰਘ ਹੋ ਰਹੇਗੀ ਵਾਈਸ ਚੇਅਰਪਰਸਨ ਚੁਣੀ ਲੈਤਾ ਗਿਆ ਇਹ ਖਬਰਾਂ ਤੋਂ ਸਾਕਾਸ਼ਵਨੀ ਜੰਮੂ ਪਰਾ ਸੁਣਾ ਦਿਓ ਬਾਕੀ ਦੀ ਖਬਰੇ ਕਰਨੇ ਵਿਜੇ ਬਜਾਜ ਲੈਫਟਨੈਂਟ ਗਵਰਨਰ ਦੇ ਪ੍ਰਧਾਨ ਸਚਿਵ ਨਿਤੀਸ਼ਵਰ ਕੁਮਾਰ ਹੋਰੀਂ ਜੰਗਲਾਤ ਮਹਿਕਮੇ ਦੇ ਕੰਮਕਾਜ ਦਾ ਜਾਇਜ਼ਾ ਲੈਣੇ ਆਸਤੇ ਕੱਲ ਜੰਮੂ ਵਾਲੇ ਸਿਵਲ ਸੈਕਟਰੀਏਟ ਚ ਇੱਕ ਬੈਠਕ ਲਾਈ ਪ੍ਰਧਾਨ ਸਚਿਵ ਹੋਰੀਂ ਜੰਗਲਾਤ ਮਹਿਕਮੇ ਪਾਸਿਆ ਜੰਗਲੇ ਥਮਾ ਥੋਣੇ ਵਾਲੇ ਸੰਸਾਧਨਾਂ ਉੱਪਰ ਨਿਰਭਰ ਲੋਕਾਂ ਦੀ ਉਪਲਬਧ ਕਰਾਈ ਜਾ ਰਹੀ ਸਹੂਲਤਾਂ ਸੇਵਾਵਾਂ ਦਾ ਬਿਆਰੇ ਵਾਰ ਆਕਲਨ ਕੀਤਾ ਪ੍ਰਧਾਨ ਸਚਿਵ ਹੋਰੀਂ ਸਰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜੀਓ ਸੈਲਾਨੀਆਂ ਲਈ ਫੋਰੈਸਟ ਰੈਸਟ ਹਾਊਸ खाने पीने आलिया थारे ते और दुइयां सुविधाएं के विकसितकरण ताजे मता राजस्व विभाग हासिल करने ते कन्नोकनी मैकमे पासया जम्मू कश्मीर दे खूबसूरत जंगलों की बढ़ावा दीता जाई सके जम्मू खत्ते दे कंडी इलाके च जमीन ते पानी दे संरक्षण सरबंदी प्रस्ताव दा जायजा लंदी हुई प्रधान सचिवो रे सरबंदत अधिकारी गे निर्देश दता जिओ मुतलका डिप्टी कमिश्नर कने सलाह सूत्र करिए एम जी नरेगा दे तहत कंडी वाले इलाके दे विकास हस्त की योजना तैयार करण ਸ਼ਰਮ ਤੇ ਰੋਜ਼ਗਾਰ ਮਹਿਕਮੇ ਦੇ ਕਮਿਸ਼ਨਰ ਸੈਕਟਰੀ ਸੌਰਵ ਪਗਤੋਰੀ ਜੰਮੂ ਕਸ਼ਮੀਰ ਚ ਸ਼ਰਮ ਸਹਿਿਤਾਇਆਂ ਸਰਬੰਦੀ ਨਿਯਮਾਂਗੇ ਮੁਕਤਾ ਰੂਪ ਦੇਣੇ ਵਾਸਤੇ ਕੱਲ ਜੰਮੂ ਚ ਇੱਕ ਬੈਠਕ ਲਾਈ ਆਕਾਸ਼ਵਾਣੀ ਜੰਮੂ ਦੇ ਸੰਵਾਦਦਾਤਾ ਮੁਜਬ ਇਨੇ ਸਹਿਿਤਾਇਆਂ ਕੀ ਇਸ ਚਾਲੀ ਕੰਨ ਤਿਆਰ ਕੀਤਾ ਗਿਆ ਹੈ ਤਾਂ ਜੇ ਸਮੂਲਚੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਕਾਮਗਾਰੇ ਤੇ ਉਰਦੂ ਦੇ ਅਮਲੇ ਦੇ ਪੂਰੇ ਪ੍ਰਾਤਿਕ ਵਿਕਾਸ ਚ ਮਦਦ ਆ ਸਕੂ ਹੈ ਕਮਿਸ਼ਨਰ ਸੈਕਟਰੀ ਨੇ ਗਲਿਆ ਜਿ ਇਨੇ ਸੰਹਿਤਾਇਆਂ ਦੇ ਲਾਗੂ ਹੋਏ ਜਾਣੇ ਕਰਨਾ प्रदेश ਦਾ ਸ਼ਰਮ ਸੈਕਟਰ ਦੇਸ਼ਾ ਦੇ ਔਰ ਨਹੀਂ ਸੰਦੇਸ਼ ਸ਼ਰਮ ਸੈਕਟਰ ਦੀ ਬਰੋਬਰੀ ਉਪਰ ਆਇ ਜਾਗ ਤੇ ਕਾਮਗਾਰਾਂ ਦੀ ਮਤੀ ਉਜਰਤ ਬਿਆ ਸਲੋਈ ਸਕਗ ਉਹਨੇ ਇਹ ਬਿਕ ਲਾਇ ਜ ਇਹਨੇ ਸੰਘਤਾਇ ਕਰਨੇ ਸਰਬੰਧਿਤ ਏਜੰਸੀਆਂ ਕੀ ਵੀ ਮਤੇ ਇਖਤਿਆਰਾ ਸਲੋਂਗਨ ਤੇ ਉਹ ਓਕੜੇ ਈਦਾਰੇ ਖਿਲਾਫ ਅਸਰਦਾਰ ਕਾਰਵਾਈ ਕਰੀ ਸਕਗ ਜਿਹੜੇ ਆਪਣੇ ਵਰਕਰਾਂ ਤੇ ਮੁਲਾਜ਼ਮੇ ਕੀ ਕਟ ਉਜਰਤ ਦਿਆ ਕਰ ਦਿਉਗਨ ਸੌਰਵ ਪਗਤ ਹੋਰੇ ਮੁਲਕ ਪਰ ਹੱਚ ਸਬਨੇਸ਼ਾ ਪਹਿਲੇ ਇਹਨੇ ਨਿਯਮੇ ਦਾ ਮਸੌਦਾ ਤਿਆਰ ਕਰ ਲੈਣੇ ਲਈ ਜੰਮੂ ਕਸ਼ਮੀਰ ਦੀਸਰਾ ਨਹੀਂ ਥੀ ਤਿਆਜੋ ਗਿਆ ਹੈ ਕਿન્દ્ર ਸਰਕਾਰ ਪਾਸਿ ਆશ્રਮ ਵਾਲੇ ਮੌਜੂਦਾ ਨਤੀ ਕਾਨੂੰਨੇ ਗਿਰ ਲਾਈਏ ਉਹਨੇ ਕੀ ਚੌਥ ਸੰਹਿਤਾਇਚ ਤਬਦੀਲ ਕਰ ਦਿੱਤਾ ਗਿਆ ਹੈ ਹਮਾਇਤ ਮਿਸ਼ਨ ਪ੍ਰਬੰਧਨ ਇਕਾਈ ਜੰਮੂ ਕਸ਼ਮੀਰ ਪਾਸਿ ਆਲ ਜੰਮੂ ਚਲਵਾਏ ਗੇ ਦੇ ਤਿਆੜੇ ਪਰ ਹ ਦੇ ਰੋਜ਼ਗਾਰ ਮੇਲੇ ਦਰਾਂ ਤਕਰੀਬਨ 60 ਨੌਜਵਾਨੇ ਗੀ ਰੋਜ਼ਗਾਰ ਲਈ ਚੁਣਿਆ ਗਿਆ ਹੈ ਆਕਾਸ਼ਵਾਨੀ ਜੰਮੂ ਦੇ ਸੰਵਾਦ ਦਾਤਾ ਮੁਜਬ ਦੇਸਾ ਚੀਰ ਕੰਟੈਕਟ ਸੈਂਟਰ ਤੇ ਬੀਪੀਓ ਸੇਵਾਆਂ ਲਈ ਇੱਕ ਪ੍ਰਮੁੱਖ ادارے ਤੇ ਪ੍ਰੋਜੈਕਟਿੰਗ ਦੀ ਤੋੜ ਚਾੜ੍ਹਣ ਵਾਲੀ ਬਾਕਬਾਕ ਏਜੰਸੀਆਂ ਇਸ ਰੋਜ਼ਗਾਰ ਮੇਲੇ ਚ ਸ਼ਿਰਕਤ ਕੀਤੀ इस मौके बीपीओ कोर्स इन अपनी सिखलाई पूरी कर चुके द नौजवानों की प्रोजेक्टिंग की तोड़ चढ़ने वाली बकबक एजेंसियां बासिया नौकरी हासिलते चुड़ा गया हिमायत ने मुख्य ऑपरेटिंग अफसर कपिल शर्मा और चुने के उम्मीदवारों की नौकरी वाली चिट्ठियां सौंपीए सम्मानित कीता रोजगार मेले च सालानी वाली एजेंसियां हिमायत मिशन प्रबंधन इकाई बासिया इस चाली दे कार्यक्रम करवाने ली उदिसरा ना कीती ध्यान योग्य है जे इस रोजगार मेले का मकसद दीनदयाल उपाध्याय ग्रामीण कौशल्य योजना हिमायत ਦੇ ਤਹਿਤ 31 ਮਈ ਬਰਿੰਦ ਕਰਦੀ ਉਮਰੀ ਦੇ ਔਕੜੇ ਨੌਜਵਾਨੇ ਕੀ ਨੌਕਰੀਆਂ ਹਾਸਲ ਕਰਵਾਣਾ ਜਿਹੜੇ ਹਿਮਾਇਤ ਦੇ ਤਹਿਤ ਬਖ ਬਖ ਸ਼ੋਬੇ ਵਿੱਚ ਸਿਖਲਾਈ ਪੂਰੀ ਕਰੀ ਚੁੱਕੇ ਦਿੰ ਜਾਂ ਅਜੇ ਸਿਖਲਾਈ ਹਾਸਲ ਕਰਾ ਕਰ ਦੇਣਾ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਲੈਫਟਨੈਂਟ ਗਵਰਨਰ ਮਨੋਜ ਸਿਨਾਉਰੇ ਆਰਥਿਕ ਪੈਕੇਜ ਦੇ ਤਹਿਤ ਦੋਈ ਕਿਸ਼ਤ ਦੇ ਤੌਰ ਪਰ ਜਮ ਕਸ਼ਮੀਰ ਬੈਂਕ ਕੀ 250 ਕਰੋੜ ਰੁਪਏ ਦਾ ਚੈੱਕ ਸੌਪਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਇੱਕ ਤਗੜੇ ਰਾਇਬਾਈ ਸੈਕਟਰ ਲਈ ਰਾਸ਼ਪੂੰਜੀ ਤੇ ਨਵੀਆਂ ਤਕਨੀਕਾਂ ਆਉਣ ਦਾ ਦਾਅਵਾ ਕੀਤਾ ਹੈ ਲੈਫਟਨੈਂਟ ਗਵਰਨਰ ਉਹਦੇ ਪ੍ਰਧਾਨ ਸਚਿਵ ਨਦੀਸ਼ਵਰ ਕੁਮਾਰੋ ਰਹੇ ਜੰਗਲਾਤ ਮਹਿਕਮੇ ਦੇ ਕੰਮਕਾਰ ਦਾ ਜਾਇਜ਼ਾ ਲੈਂਦਾ ਉਹਨੇ ਮਹਿਕਮੇ ਆਸਿਆ ਸੈਲਾਨੀਆਂ ਲਈ ਬਖ ਬਖ ਸੇਵਾਇ ਤੇ ਪ੍ਰਦੇਸ਼ ਦੇ ਖੂਬਸੂਰਤ ਜੰਗਲਾਂ 'ਕਿ ਬੜਾਵਾ ਦੇਣੇ ਦੇ ਨਿਰਦੇਸ਼ ਵੀ ਜਾਰੀ ਕੀਤੇ ਕਮਿਸ਼ਨਰ ਸੈਕਟਰੀ ਸੌਰਭ ਪਗਤੋਰੇ ਆਖਿਆ ਜੇ ਜੰਮੂ ਕਸ਼ਮੀਰ ਚ ਤੌਲਣਗੇ ਨਵੇਂ ਸ਼ਰਮ ਕਾਨੂੰਨ ਲਾਗੂ ਕਰੀ ਦਿੱਤੇ ਜਾਣਗਣ ਖਬਰਾਂ ਦੇਸ਼ ਬੁਲੇਟਿਨ ਚ ਬਸੇ ਨਾ ਕੇ